हां जी डियर स्टूडेंट्स ਜਿਹੜੀਆਂ ਕੜੀਆਂ ਦਾ ਇੰਤਜ਼ਾਰ ਸੀ ਉਹ ਕੜੀਆਂ ਆ ਗਈਆਂ ਨੇ ਆ ਗਈ ਹੈ ਤੁਹਾਡੀ ਡੇਟ ਸ਼ੀਟ ਫਾਈਨਲ ਐਗਜ਼ਾਮ ਲਈ ਪਲੱਸ 2 ਕਲਾਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸਾਰੇ ਹੀ ਜਿਹੜੇ ਗਰੁੱਪਸ ਨੇ ਉਹਨਾਂ ਦੀ ਡੇਟ ਸ਼ੀਟ ਫਾਈਨਲ ਇਸ਼ੂ ਹੋ ਗਈ ਹੈ ਬਟਾ ਅੱਜ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਮਾਰਚ ਵਿੱਚ ਹੀ ਪੇਪਰ ਹੋਣ ਜਾ ਰਹੇ ਨੇ ਤੁਹਾਡੇ ਸੋ ਚੈੱਕ ਆਊਟ ਕਿਹੜਾ ਪੇਪਰ ਕਿਸ ਦਿਨ ਇਹ ਦੇਖੋ ਲਿਖਿਆ 12ਵੀਂ ਸ਼੍ਰੇਣੀ ਮਾਰਚ 2021 ਸਾਲਾਨਾ ਪ੍ਰੀਖਿਆ ਸਮੇਤ ਓਪਨ ਸਕੂਲ ਠੀਕ ਸ਼ਾਮ ਦੇ ਸੈਸ਼ਨ ਵਿੱਚ ਪ੍ਰੀਖਿਆ ਹੋਵੇਗੀ ਮੀਨਸ 2 ਵਜੇ ਤੋਂ 5:30 ਵਜੇ ਤੱਕ ਤੁਹਾਡਾ ਪੇਪਰ ਹੋਊਗਾ ਜਿਹੜਾ ਪੇਪਰ ਆ ਤੁਹਾਡਾ 3 ਘੰਟੇ ਦਾ ਜਿਹੜਾ ਐਨਐਸਕਿਊਫ ਦਾ ਪੇਪਰ ਆ 2 ਘੰਟੇ ਦਾ ਉਹ ਐਮਆਰ ਸੀਟ ਆ ਜਿਹੜੀ ਉਹਨੂੰ ਭਰਨ ਲਈ ਜੀ ਤੇ ਨਾਮ ਵਗੈਰਾ ਰੋਲ ਨੰਬਰ ਭਰਦੇ 15 ਮਿੰਟ ਤੁਹਾਨੂੰ ਐਕਸਟਰਾ ਦਿੱਤੇ ਜਾਣਗੇ ਕੋਵਿਡ ਦੀਆਂ ਜਿਹੜੀਆਂ ਹਦਾਇਤਾਂ ਨੇ ਇਨਸਟਰਕਸ਼ਨਸ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਿਆ ਜਾਓ ਮੀਨਸ ਤੁਹਾਨੂੰ ਡਿਸਟੈਂਸ ਤੇ ਮਿਠਾਇਆ ਜਾਊਗਾ ਬੇਟਾ ਸੋ ਤਿਆਰੀ ਕਰੋ ਪੇਪਰਾਂ ਦੀ ਲਓ ਜੀ ਚੈੱਕ ਕਰ ਲੋ ਦਿਨ ਮਿਤੀ ਕਿਹੜੇ ਦੇ ਨੇ ਸਾਰੇ ਗਰੁੱਪ ਲਿਖੇ ਹੋਏ ਨੇ ਉੱਪਰ ਆਪਣੇ ਗਰੁੱਪ ਦੇ ਮੁਤਾਬਕ ਤੁਸੀਂ ਦੇਖ ਸਕਦੇ ਹੋ ਠੀਕ ਮੈਂ ਗੱਲ ਕਰੂੰਗੀ ਸਾਡੀ ਆਪਣੇ ਆਰਟਸ ਗਰੁੱਪ ਦੀ 22 ਤਰੀਕ ਨੂੰ 22 3 ਜਾਨੀ ਕਿ 22 ਮਾਰਚ ਨੂੰ ਪਹਿਲਾ ਪੇਪਰ ਜਨਰਲ ਪੰਜਾਬੀ ਦਾ ਬੇਟਾ ਸਾਰੇ ਗਰੁੱਪਸ ਦਾ ਇਹੀ ਆ 23 ਨੂੰ ਸੰਸਕ੍ਰਿਤ ਵਗੈਰਾ ਦਾ ਜਿਨ੍ਹਾਂ ਨੇ ਕਿਸ ਨੇ ਰੱਖੀ ਹੋਈ ਹੈ 뮤직 ਸੰਸਕ੍ਰਿਤ 24 ਤਰੀਕ ਨੂੰ ਫਲਸਫੀ ਵਗੈਰਾ ਦਾ ਲਿਖਿਆ ਹੋਇਆ ਜਿਹੜੇ ਜਿਹੜੀ অপਸ਼ਨ ਸਾਰੀਆਂ ਦਿੱਤੀਆਂ ਹੋਈਆਂ ਨੇ এডਿਕੇਸ਼ਨ ਆਰਟਸ ਡਰਾਇੰਗ ਵਗੈਰਾ ਜਿੰਨੇ ਜੋ ਰੱਖੀ ਹੋਇਆ ਹੈ ਨਾ 24 ਤਰੀਕ ਨੂੰ 25 ਤਰੀਕ ਨੂੰ ਜਨਰਲ ਇੰਗਲਿਸ਼ ਦਾ ਸਾਰੇ ਹੀ ਗਰੁੱਪਸ ਦਾ ਪੇਪਰ ਹੈ ਬੇਟਾ 25 30 ਤਰੀਕ ਨੂੰ ਪਬਲਿਕ ਐਡ ਰਿਲੀਜੀਅਨ 뮤직 ਠੀਕ ਹੋਰ ਉਧਰ ਵਾਇਲ ਜੀ ਦਾ ਤੇ ਉਹ ਆਪਣਾ ਆਪਣਾ ਚੈੱਕ ਕਰ ਲਓ ਸਾਹਮਣੇ ਲਿਖਿਆ ਹੋਇਆ ਗਰੁੱਪ ਦੇ ਸੋ 30 ਤੋਂ ਬਾਅਦ ਚੱਲਦੇ ਆ 31 ਚ 31 ਤਰੀਕ ਨੂੰ 94 ਵਿਸ਼ਿਆਂ ਦੀ ਪ੍ਰੀਖਿਆ ਹੋਊਗੀ ਜੇ ਹਿੰਦੀ ਚੋਣ ਵੀ ਲੈਟਪ ਹਿੰਦੀ ਜਾਂ ਪੰਜਾਬੀ ਲੈਟਪ ਇੰਗਲਿਸ਼ ਲੈਟਪ ਜੋ ਵੀ ਰੱਖਿਆ ਤੁਸੀਂ ਉਹਦਾ ਪੇਪਰ ਹੋਊ 1 4 ਨੂੰ ਜਾਨਕਿ 1 ਅਪ੍ਰੈਲ ਨੂੰ ਐਨ ਐਸ ਕਿਊ ਐਫ ਦਾ ਜੋ ਤੁਹਾਡਾ ਵਿਸ਼ਾ ਉਹਦਾ ਪੇਪਰ ਹੋਊਗਾ ਬਟਾ ਠੀਕ 3 4 ਨੂੰ ਹਿਸਟਰੀ ਅਗਰ ਰੱਖੀ ਹੋਈ ਹੈ ਤੁਸੀਂ ਸਾਇੰਸ ਵਾਲਿਆਂ ਦਾ కెਮਿਸਟਰੀ ਦਾ ਹੋਊ ਉਸ ਦਿਨ ਠੀਕ 5 ਤਰੀਕ ਨੂੰ ਸਵਾਗਤ ਜ਼ਿੰਦਗੀ ਇਹ ਸਾਰੇ ਹੀ ਗਰੁੱਪਸ ਦੇ ਵਿੱਚ ਸੇਮ ਆ ਸਭ ਦਾ ਹੀ ਹੋਣਾ ਤੇ 6 ਤਰੀਕ ਨੂੰ ਕੰਪਿਊਟਰ ਐਪਲੀਕੇਸ਼ਨ ਵੀ ਸਾਰਿਆਂ ਦਾ ਠੀਕ 7 ਤਰੀਕ ਨੂੰ ਵਾਤਾਵਰਣ ਦਾ ਸਾਰਿਆਂ ਦਾ 8 ਤਰੀਕ ਨੂੰ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਜੀਨੇ ਵੀ ਕਿਸ ਨੇ ਰੱਖੀ ਹੋਈ ਆਸ ਗਰੁੱਪ ਚ 9 ਤਰੀਕ ਨੂੰ 9 ਨੂੰ ਹੋਮ ਸਾਇੰਸ ਆ ਠੀਕ ਆ ਜੇ ਤੁਸੀਂ ਰੱਖੀ ਹੋਈ ਆ ਨੈਕਸਟ ਵਨ ਹੈਗਾ ਪੋਲੀਟিক্যাল ਸਾਇੰਸ ਸਾਡੇ ਬੱਚਿਆਂ ਨੇ ਰੱਖੀ ਹੋਈ ਆ ਸੋ ਪੇਪਰ ਹੈ 12 ਚਾਰ ਨੂੰ ਠੀਕ ਹੈ ਬਾਕੀ ਆਪਣਾ ਆਪਣਾ ਚੈੱਕ ਕਰੋ 15 ਨੂੰ ਮੈਥ ਦਾ ਸਾਰਿਆਂ ਦਾ ਹੀ ਜਿਹਨੇ ਵੀ ਮੈਥ ਰੱਖਿਆ ਹੋਇਆ ਫਿਰ 16 ਦਾ 뮤직 ਤਬਲਾ ਵਗੈਰਾ 17 ਦਾ ਕੰਪਿਊਟਰ ਸਾਇੰਸ ਹੈ ਇਹ ਹੁਣ ਤੁਸੀਂ ਚੈੱਕ ਕਰ ਲੈਣਾ ਖੇੜੇ ਵਾਲਾ ਪਹਿਲਾਂ ਕੰਪਿਊਟਰ ਐਪਲੀਕੇਸ਼ਨਸ ਆਇਆ ਹੈ ਨਾ 19 ਤਰੀਕ ਨੂੰ ਇਕਨੋਮਿਕਸ ਆ ਅਗਰ ਤੁਸੀਂ ਰੱਖੀ ਆ ਤੇ 22 ਤਰੀਕ ਨੂੰ ਜੀਓਗ੍ਰਾਫੀ ਦਾ ਪੇਪਰ ਆ ਤੁਹਾਡਾ ਸਾਰੇ ਹੀ ਗਰੁੱਪਸ ਦਾ ਅਗਰ ਤੁਸੀਂ ਜੀਓਗ੍ਰਾਫੀ ਰੱਖੀ ਹੋਈ ਹੈ ਬੇਟਾ ਓਕੇ ਨੈਕਸਟ 23 ਤਰੀਕ ਨੂੰ ਨੈਸ਼ਨਲ ਕੈਡਟ ਕਾਪਸ ਇਹ ਵੀ ਕਈ ਗੁਰੂ ਸਾਰੇ ਗਰੁੱਪਾਂ ਚ ਹੈਗਾ ਲਗਭਗ ਤੇ 26 ਤਰੀਕ ਨੂੰ ਸੋਸ਼ੀਓਲੋਜੀ ਦਾ ਪੇਪਰ ਆ ਬੇਟਾ ਆਰਟਸ ਗਰੁੱਪ ਦਾ ਜਿੰਨਾਂ ਨੇ ਵੀ ਰੱਖੀ ਆ ਤੇ 27 ਨੂੰ ਡਾਂਸ ਵਗੈਰਾ ਚਲੋ ਜੀ ਨੈਕਸਟ ਵਨ ਕੋਈ ਨਹੀਂ ਹੈਗਾ ਸੋ ਇਹ ਸੀ ਤੁਹਾਡੀ ਜੈਟ ਸ਼ੀਟ ਆਈ ਹੋਪ ਕਿ ਤੁਸੀਂ ਨੋਟ ਕਰ ਲਈ ਕੀਪ ਇਨ ਟੱਚ ਵਿਦ ਚੈਨਲ ਫਾਰ ਨਿਊ ਐਂਡ ਕਰੈਕਟ ਇਨਫੋਰਮੇਸ਼ਨ ਐਂਡ ਸਬਸਕ੍ਰਾਈਬ ਦਾ ਚੈਨਲ ਬਾਏ ਫਾਰ ਨਾਓ